अरे यार अंदर आ जा यार। हेलो रहने दे रहने दे। ओ फड़ो कोई इन्हां नूं, ये साधु दे पेस च चोर ने। देखो किवें ये दो जने जो देखण दे विच साधु लग रहे ने पर असल दे विच चोर ने, चोरी कर रहे सी। एक जोड़े ने इन्हां नूं काबू करके पहली मंजिल ते बने हुए इस बेंच ते बिठाया तां देखो किवें छत टप के भज गए, ये कोठे तो छाल मार के भज गए ने। तां साधु दे भेस च चोरी करन आए सी, फड़न लगे तां छत तो मार दित्ती छाल, फिर देखो की होया, किन्नी दूर तक भजदे गए। पिछों रौला पाउंदी रही एक कुड़ी, उस दे नाल साथी, जिस दे सेहत देखो तुसी इस नौजवान दी। इस दे कोलों एक चोर नहीं फड़िया गया, दोने चोर इसने फड़े हुए सी। पहला एक दे मगर भज्जण लगा तां संतरी कपड़िया वाला ये साधु दे पेस च आया, चोर भज निकलिया। ये तां पौड़ियां दे थाई हेठां उतरिया, पर जिहड़ा दूजा सी जिसने चिट्टे कपड़े पाए हुए सन, जिस नूं इस बॉडी बिल्डर मुंडे ने फड़ भी लिया सी, इसने सिद्धा कोठे तो छाल मार दित्ती। गनीमत वाली गल यह रही कि पहली मंजिल तो छाल मारन के बावजूद इन्हां चोरों नूं कुछ नहीं होया, इस चोर नूं बिल्कुल कुछ नहीं होया। देखो किवें दौड़दे हुए जा रहे ने। एक जिहड़ी ਜਿਹੜਾ ਸ਼ਖਸ ਵੀਡੀਓ ਬਣਾ ਰਿਹਾ ਸੀ ਉਸਨੇ ਕਾਫੀ ਦੂਰ ਤੱਕ ਜ਼ੂਮ ਕਰਕੇ ਵੀਡੀਓ ਬਣਾਈ ਹੈ, ਜਿਸ ਦੇ ਵਿੱਚ ਚਿੱਟੇ ਕੱਪੜਿਆਂ ਦੇ ਵਿੱਚ ਅਤੇ ਔਰੇਂਜ ਕੱਪੜਿਆਂ ਦੇ ਵਿੱਚ ਭੱਜਦੇ ਹੋਏ ਇਹ ਸਾਧੂ ਦੇ ਭੇਸ 'ਚ ਆਏ ਚੋਰ ਸਾਫ਼ ਸਾਫ਼ ਦੇਖੇ ਜਾ ਸਕਦੇ ਨੇ। ਰਾਹ ਦੇ ਵਿੱਚ ਇਹਨਾਂ ਨੇ ਕਈ ਲੋਕਾਂ ਦੇ ਕੋਲੋਂ ਲਿਫਟ ਵੀ ਮੰਗੀ ਪਰ ਕਿਸੇ ਨੇ ਲਿਫਟ ਨਹੀਂ ਦਿੱਤੀ। ਤਾਂ ਹੈਰਾਨ ਕਰਨ ਦੇਣ ਵਾਲੀ ਇਹ ਵੀਡੀਓ ਸਾਹਮਣੇ ਆਈ ਹੈ, ਜਿਸ ਦੇ ਵਿੱਚ ਸਾਧੂ ਦੇ ਭੇਸ 'ਚ ਚੋਰ ਆਏ ਸੀ, ਲੋਕਾਂ ਨੇ ਕਾਬੂ ਕੀਤਾ ਅਤੇ ਦੇਖੋ ਕਿਵੇਂ ਭੱਜ ਨਿਕਲੇ। ਦਰਅਸਲ ਤੁਹਾਨੂੰ ਦੱਸ ਦਈਏ ਕਿ ਜੇ ਤੁਹਾਡੇ ਇਲਾਕੇ ਦੇ ਵਿੱਚ ਵੀ ਇਸ ਤਰੀਕੇ ਦੇ ਭੇਸ ਬਦਲ ਕੇ ਸਾਧੂ ਆਉਂਦੇ ਨੇ ਤਾਂ ਸਾਵਧਾਨ ਹੋ ਜਾਓ, ਆਪਣੀਆਂ ਚੀਜ਼ਾਂ ਦਾ ਧਿਆਨ ਰੱਖਣਾ ਸ਼ੁਰੂ ਕਰ ਦਿਓ, ਕਿਉਂਕਿ ਇਹ ਸਾਧੂ ਦੇ ਭੇਸ ਦੇ ਵਿੱਚ ਚੋਰ ਵੜ ਜਾਂਦੇ ਨੇ। ਇਸੇ ਤਰੀਕੇ ਦੇ ਨਾਲ ਸਾਧੂ ਦੇ ਭੇਸ 'ਚ ਇਹ ਦਾਨ ਪੁੰਨ ਮੰਗਣ ਪਹਿਲੀ ਮੰਜ਼ਿਲ 'ਤੇ ਚੜ੍ਹੇ ਸੀ ਇਸ ਸ਼ਖਸ ਦੇ ਘਰ 'ਚ, ਅਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਹੀ ਲੱਗੇ ਸੀ ਕਿ ਇਹਨਾਂ ਦੋਹਾਂ ਨੇ, ਜੋੜੇ ਨੇ ਇਹਨਾਂ ਨੂੰ ਕਾਬੂ ਕਰ ਲਿਆ, ਇਹਨਾਂ ਸਾਧੂਆਂ ਨੂੰ ਕਾਬੂ ਕਰ ਲਿਆ। ਜਿਸ ਤੋਂ ਬਾਅਦ ਇੱਕ ਨੂੰ ਤਾਂ ਇਸਨੇ ਫੜ ਲਿਆ, ਪਰ ਔਰੇਂਜ ਵਾਲਾ ਜਿਹੜਾ ਸੰਤਰੀ ਕੱਪੜਿਆਂ ਵਾਲਾ ਇਹ ਚੋਰ ਹੈ, ਇਹ ਤਾਂ ਪੌੜੀਆਂ ਦੇ ਥਾਂ ਭੱਜ ਗਿਆ, ਪਰ ਚਿੱਟੇ ਵਾਲੇ ਨੇ ਤਾਂ ਪਹਿਲੀ ਮੰਜ਼ਿਲ ਤੋਂ ਛਾਲ ਹੀ ਮਾਰ ਦਿੱਤੀ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਹਿਮਾਚਲ ਦੇ ਪਾਲਮਪੁਰ ਦੀਆਂ, ਜਿੱਥੇ ਸਾਧੂ ਦੇ ਭੇਸ 'ਚ ਆਏ ਇਹਨਾਂ ਚੋਰਾਂ ਨੇ ਕਾਂਡ ਕਰ ਦਿੱਤਾ ਹੈ। ਇੱਕ ਜੋੜੇ ਨੇ ਇਹਨਾਂ ਨੂੰ ਕਾਬੂ ਵੀ ਕੀਤਾ ਪਰ ਇਹ ਭੱਜ ਨਿਕਲੇ।